ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਇਹ ਵੀਡੀਓ। ਹਰਿਮੰਦਰ ਸਾਹਿਬ ਤੋਂ ਹਜ਼ੂਰ ਸਾਹਿਬ ਤੱਕ 2 ਸਾਲਾਂ ਤੋਂ ਕਰਦੇ ਨੇ ਪੈਦਲ ਯਾਤਰਾ। ਜੀ ਹਾਂ, 2 ਸਾਲਾਂ ਤੋਂ ਇਹ ਪਰਿਵਾਰ ਹਰਿਮੰਦਰ ਸਾਹਿਬ ਤੋਂ ਹਜ਼ੂਰ ਸਾਹਿਬ ਪੈਦਲ ਜਾਂਦਾ। ਜ਼ਿਕਰਯੋਗ ਹੈ ਕਿ ਇਹ ਗੁਰਸਿੱਖ ਪਰਿਵਾਰ ਜੋ ਤੁਸੀਂ ਆਪਣੀ ਸਕਰੀਨ 'ਤੇ ਵੇਖ ਰਹੇ ਹੋ, ਇਹ ਸਿੱਖ ਵੀਰ ਰਿਕਸ਼ਾ ਚਲਾਉਂਦਾ ਅਤੇ ਇਹ ਸਿੱਖ ਵੀਰ ਆਪਣੀ ਕਿਰਤ ਕਮਾਈ ਨਾਲ ਹੀ 2 ਸਾਲਾਂ ਤੋਂ ਪੈਦਲ ਹਰਿਮੰਦਰ ਸਾਹਿਬ ਤੋਂ ਹਜ਼ੂਰ ਸਾਹਿਬ ਯਾਤਰਾ ਕਰਦਾ ਅਤੇ ਇਹ ਪਰਿਵਾਰ ਕਿਸੇ ਤੋਂ ਕਿਸੇ ਪ੍ਰਕਾਰ ਦੀ ਕੋਈ ਵੀ ਮਦਦ ਨਹੀਂ ਲੈਂਦਾ। ਇਹ ਖਾਲਸਾ ਜੀ ਆ, ਇਹਨਾਂ ਦੇ ਨਾਲ ਆਪਣੀ ਪੂਰੀ ਫੈਮਿਲੀ ਆ। ਇਹ 2 ਸਾਲਾਂ ਤੋਂ ਹਰਿਮੰਦਰ ਸਾਹਿਬ ਤੋਂ ਹਜ਼ੂਰ ਸਾਹਿਬ ਜਾਂਦੇ ਆ, ਲੇਕਿਨ ਇਸ ਬੰਦੇ ਨੇ ਕਦੀ ਨਾ ਤਾਂ ਕਿਤੋਂ ਰੁਪਈਆ ਲਿਆ ਵਾ, ਆਪਣੀ ਮਿਹਨਤ ਕਰਦਾ ਇਹ ਬੰਦਾ ਜੀ। ਰਿਕਸ਼ਾ ਵਾਹੁੰਦਾ ਵਾ, ਤੁਰਿਆ ਹੌਲੀ ਹੌਲੀ ਇਹ ਬੰਦਾ ਰਿਕਸ਼ਾ ਵਾਹੁੰਦਾ ਵਾ, ਰਿਕਸ਼ਾ ਵਾਰ ਕੇ ਇਹਦੀ ਸ਼ਰਧਾ ਵਾ। ਇਹਨੇ ਅੰਮ੍ਰਿਤਸਰ ਤੋਂ ਹਜ਼ੂਰ ਸਾਹਿਬ ਪੈਦਲ ਜਾਣਾ ਵਾ। ਬਹੁਤ ਬਹੁਤ ਮੈਂ ਨਾ ਮਹਾਰਾਜ ਨੂੰ ਬਲ ਬਖਸ਼ੇ, ਬਹੁਤ ਹਿੰਮਤ ਵਾਲੀ ਗੱਲ ਆ। ਬਾਕੀ ਪ੍ਰੋਬਲਮ ਜਿਹੜੀ ਇਸ ਬੰਦੇ ਨੂੰ ਆਉਂਦੀ ਆ ਰਾਹ ਦੇ 'ਚ ਆਉਂਦੀ ਆ ਖਾਣ ਪੀਣ ਦੀ, ਕਿ ਆਪਣੇ ਗੁਰਦੁਆਰਿਆਂ 'ਚੋਂ ਜਾਂ ਕਿਤੋਂ ਵੀ ਉਹ ਹੋਟਲ ਤੋਂ ਖਾਂਦਾ ਹੈ ਰੋਟੀ। ਇਹ ਰੋਟੀ ਬੰਦਾ ਹੋਟਲ ਤੋਂ ਖਾਂਦਾ ਵਾ, ਚਲੋ ਮੈਂ ਤਾਂ ਦੇਖ ਰਿਹਾ ਕਿਸ ਤਰ੍ਹਾਂ ਵੀ ਹਾਂ, ਲੇਕਿਨ ਉਹ ਆਪਣੇ ਮੂੰਹੋਂ ਦੱਸ ਰਿਹਾ ਕਿ ਮੈਂ ਰੋਟੀ ਆਪਣੇ ਮੁੱਲ ਦੀ ਖਾਂਦਾ ਅਤੇ ਰਿਕਸ਼ਾ ਵਾਹ ਕੇ ਆਪਣੀ ਕਮਾਈ ਨਾ ਜਾਂਦਾ ਬੰਦਾ ਇਹ। ਚਲੋ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ। ਕੋਈ ਇਸ ਬੰਦੇ ਨੇ ਮੇਰੇ ਤੋਂ ਡਿਮਾਂਡ ਨਹੀਂ ਕੀਤੀ ਕਿ ਮੈਂ ਕੁਝ ਲੈਣਾ ਜਾਂ ਨਾ, ਲੇਕਿਨ ਮੇਰੇ ਮਨ ਦੇ ਵਿੱਚ ਆਇਆ ਕਿ ਸ਼ਰਧਾ ਵੇਖੋ ਇਸ ਬੰਦੇ ਦੀ। ਚਲੋ ਜੀ, ਓਕੇ। ਬਿਊਰੋ ਰਿਪੋਰਟ, ਪ੍ਰੈਸ ਪਬਲਿਕ ਨਿਊਜ਼।